दंडोत वंदन सर्व Oh, yeah.
Thank you.
Thank you.
सारे फ्रूट भी हमने दुआ जितने चीज इधर सुने हैं सब ना के गाया है सब उस सारे निकाली दुआ करूं दरों पर उसे किसी नाम का नहीं दाता बख्शिश करूं सो जिन्होंने प्राला किता है सब रंग करूं और चाव उदम प्राला सब बख्शन सदा भाई ना दूर जाएं वहीं आप याद करना बख्शन ये आओ Thank you.
रंग रता
Yeah.
Thank you.
Oh,
ਮਾਤਲੇ ਤੁਰਨਾ ਨਹੀਂ ਆਉਂਦਾ, ਚੱਲਣਾ ਨਹੀਂ ਆਉਂਦਾ। ਆਪ ਕਿਰਪਾ ਕਰਕੇ ਅਸੀਂ ਤੇਰੇ ਬੱਚੇ ਹਾਂ ਸਤਿਗੁਰੂ, ਤੂੰ ਹੱਥ ਫੜ ਕੇ ਸਾਨੂੰ ਚੱਲਣਾ ਸਿਖਾ ਦੇ। ਸਾਨੂੰ ਪੈਰ ਪੈਰ ਤੇ ਗਲਤੀਆਂ ਵੀ ਹੁੰਦੀਆਂ, ਸਾਨੂੰ ਨਹੀਂ ਤੁਰਨਾ ਆਉਂਦਾ। ਆਪ ਕਿਰਪਾ ਕਰੋ, ਕਿਰਪਾ ਕਰੋ ਸਤਿਗੁਰੂ। ਆਹ ਸਾਰੇ ਮਾਰੇ ਆਪਣੀ ਦਰਸ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰੇ, ਤਰਲੇ ਪਏ ਗੁਰੂ ਅੱਗੇ। ਜਦੋਂ ਤਰਲੇ ਪਾਉਣੇ ਹਨ, ਗੁਰੂ ਏਦਾਂ ਦਾ ਹੈ, ਇਤਨਾ ਪਿਆਰ ਕਰਦਾ ਹੈ, ਇਤਨਾ ਪਿਆਰ ਕਰਦਾ ਹੈ, ਉਹ ਸਾਰਿਆਂ ਦੇ ਕਾਰਜ ਸਵਾਰ ਹੁੰਦਾ ਹੈ, ਸਾਰਿਆਂ ਦੇ ਆਗਣਾਂ ਨੂੰ ਬਖਸ਼ ਦਿੰਦਾ ਹੈ, ਸਾਰਿਆਂ ਦੇ ਆਓ ਸਾਰਿਆਂ ਦੀ ਹਾਜ਼ਰੀ ਲੱਗ ਜਾਂਦੀ ਹੈ। Oh,
What's up?
ਦੇਖ ਤਤਨਾ ਸ਼ੋਭਿਆ ਕਿਉਂ ਕਿ ਬੁਲਹਾਰ ਬਖਸ਼ਹਾਰ ਬਖਸ਼ ਹੈ ਨਾਮ ਪਾਤਾ ਇਹੋ ਦਰ ਹੈ ਇਹੋ ਦਰਬਾਰ ਹੈ ਜਿੱਥੇ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਹੱਥ ਖੜੇ ਕਰ ਦਿੱਤੇ ਕਿ ਸਤਿਗੁਰੂ ਮੈਂ ਪਾਪੀ ਹਾਂ ਮੇਰੇ ਤੋਂ ਗਲਤੀਆਂ ਵੀ ਹੁੰਦੀਆਂ ਹਨ ਜਿਹੜਾ ਆਪਣੇ ਆਪ ਨੂੰ ਇੱਥੇ ਆ ਕੇ ਸਰੈਂਡਰ ਕਰ ਦੇਵੇ ਤੇ ਮਾਰੇ ਪਤਾ ਕਿੰਨਾ ਦਿਆਲੂ ਹੈ ਕੈਸਾ ਬਾਲਕ ਭਾਈ ਸੁਭਾਏ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਵਿਕਲਪ ਲਾਵੇ ਅੱਗੇ ਮਾਰੇ ਪਤਾ ਕੀ ਕਹਿੰਦੇ ਹਨ ਕੀ ਕਹਿੰਦੇ ਹਨ ਕਿ ਕਈ ਵਾਰ ਮਨ ਵਿੱਚ ਆ ਜਾਂਦੀ ਨਾ ਕਿ ਮੈਂ ਤਾਂ ਇਤਨੀਆਂ ਗਲਤੀਆਂ ਕਰ ਚੁੱਕਿਆ ਹਾਂ ਹੁਣ ਮੈਂ ਕਿੱਥੇ ਬਖਸ਼ਿਆ ਜਾਣਾ ਹੈ ਸਾਡੇ ਮਨ ਵਿੱਚ ਆਉਂਦੇ ਹਨ ਪਰ ਪਿਤਾ ਇਹ ਨਹੀਂ ਕਹਿੰਦਾ ਪਿਤਾ ਕੀ ਕਹਿੰਦਾ ਹੈ ਜੈਸਾ ਬਾਲਕ ਭਾਈ ਸੁਭਾਏ ਗੌਰਵ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਥੋੜਾ ਜਿਹਾ ਝਿੜਕਦਾ ਹੈ ਬਹੁਤ ਪਿਤਾ ਗੱਲ ਲਾਵੇ ਪਿਛਲੇ ਆਵਰਣ ਮਰਨ ਕਿਹਾ ਤੇਰੇ ਸਾਰੇ ਆਵਰਣਾਂ ਨੂੰ ਮਾਫ਼ ਕੀਤਾ ਬਖਸ਼ਿਆ ਪਿਛਲੇ ਆਵਰਣ ਬਖਸ਼ ਰਹੇ ਪ੍ਰਭ ਆਗੇ ਮਰ ਪਾਵੇ ਗੁਰੂ ਕਿਰਪਾ ਕਰੇ ਇਤਨੀ ਸੇਵਾ ਪ੍ਰਵਾਨ ਕਰਨੀ ਆਓ ਇੱਕ ਸ਼ਬਦ ਦੀ ਹਾਜ਼ਰੀ ਹੋ ਰਿਹਾ ਸੰਤਾਂ ਵੱਲੋਂ ਅਨੰਦ ਸਾਹਿਬ ਦਾ ਪਾਠ ਕਰਨਾ ਹੈ ਕੋਟਾਨ ਕੋਟਾਨ ਸ਼ੁਕਰ ਹੈ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਮਹਾਰਾਜ ਸਾਹਿਬ ਜੀ ਦਾ ਆਪ ਸਭਿਆ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਸਾਡੇ ਸਤਿਕਾਰਯੋਗ ਵੀਰ ਗੁਰਲਾਲ ਸਿੰਘ ਜੀ ਗੁਰਜੀਤ ਸਿੰਘ ਜੀ ਗੁਰਜੰਤ ਸਿੰਘ ਜੀ ਭਾਈ ਕਰਮਵੀਰ ਸਿੰਘ ਜੀ ਸੰਦੀਪ ਸਿੰਘ ਜੀ ਬਲੈਤੀ ਸਿੰਘ ਜੀ ਜਿਹੜੇ ਰਫੌੜ ਵਾਲੇ ਹਨ ਤੇ ਸਭ ਦਾ ਜ਼ਿਆਦਾ ਧੰਨਵਾਦ ਸਾਡਾ ਪਰਿਵਾਰ ਆਪਣਾ ਪਰਿਵਾਰ ਭਾਈ ਮਨਦੀਪ ਸਿੰਘ ਜੀ ਜਿਹਨਾਂ ਦੇ ਘਰ ਅਸੀਂ ਰੁਕੇ ਹੋਏ ਹਾਂ ਆਪਣੇ ਪਰਿਵਾਰ ਨਾਲ ਇਹ ਸਾਨੂੰ ਲੱਗ ਨਹੀਂ ਰਿਹਾ ਕਿ ਅਸੀਂ ਬਾਹਰ ਆਏ ਹਾਂ ਆਪਣੇ ਪਰਿਵਾਰ ਨਾਲ ਵੀ ਜ਼ਿਆਦਾ ਪਿਆਰ ਦੇ ਰਹੇ ਹਾਂ ਸਾਡੀ ਭੈਣ ਪੂਨਮ ਕੌਰ ਸਾਡੇ ਪਿਤਾ ਜੀ ਜਿਹਨੇ ਵੀ ਸਾਡੇ ਵੀਰ ਜਿਨ੍ਹਾਂ ਦੇ ਨਾਮ ਨਹੀਂ ਵੀ ਜਾਣਦਾ ਸਾਰਿਆਂ ਨੇ ਬੜਾ ਪਿਆਰ ਦਿੱਤਾ ਹੈ ਪ੍ਰਕਾਸ਼ ਪ੍ਰਕਾਸ਼ ਸ਼ੁਕਰ ਹੈ ਮੇਰੀ ਸੰਗਤ ਨੂੰ ਬੇਨਤੀ ਹੈ ਜਦੋਂ ਕੋਈ ਵੀਰ ਉਪਰਾਲਾ ਕਰਨ ਕੋਈ ਵੀ ਵੀਰ ਉਪਰਾਲਾ ਕਰਨ ਸੰਗਤ ਨਾਲ ਜੋੜਨ ਦਾ ਜ਼ਰੂਰ ਸਾਥ ਦਿਆ ਕਰੋ ਭਾਵੇਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੈ ਤੇ ਭਾਵੇਂ ਉਹ ਸਤਿਕਾਰ ਦੇ ਕੋਈ ਵੀਰ ਹਨ ਨੌਜਵਾਨ ਹਨ ਤੇ ਜ਼ਰੂਰ ਸਾਥ ਦਿਆ ਕਰੋ ਸੰਗਤ ਦਾ ਸਾਥ ਕਿੰਨਾ ਕੁ ਹੈ ਸਭ ਨੂੰ ਸੰਗਤ ਦਾ ਸਾਥ ਕੀ ਹੈ ਮਹਾਰਾਜ ਕਹਿੰਦੇ ਦੋ ਤਰ੍ਹਾਂ ਦੀ ਸੇਵਾ ਹੈ ਦੋ ਤਰ੍ਹਾਂ ਦੀ ਸੇਵਾ ਦਸਵੰਧ ਕੀ ਹੈ ਕੀ ਦਸਵੰਧ ਸੀ ਦਸਵੰਧ ਨੂੰ ਕੀ ਮੰਨਦੇ ਹੋ ਦਸਵੰਧ ਇੱਕ ਤਾਂ ਹੈ ਮਾਇਆ ਦਾ ਧਨ ਦਾ ਇੱਕ ਹੈ ਸਵਾਸਾਂ ਦਾ ਅਸੀਂ ਹੁਣ ਦੇਖ ਲਓ ਕਿਹੜੇ ਕਿਹੜਾ ਦਸਵੰਧ ਗੁਰੂ ਘਰ ਦੇ ਵਿੱਚ ਦੇ ਰਹੇ ਹਾਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਭਾਈ ਮੇਰੇ ਕੋਲ ਤਾਂ ਖਰਚੇ ਵੀ ਨਹੀਂ ਹਨ ਤੇ ਮੈਂ ਕਿਵੇਂ ਦੇ ਦਵਾਂ ਮੇਰਾ ਤਾਂ ਵੰਡਿਆ ਹੋਇਆ ਘਰ ਸਾਰਾ ਪਰ ਇੱਕ ਗੱਲ ਯਾਦ ਰੱਖਿਓ ਜਿਹੜੇ ਗੁਰੂ ਨੇ ਤੁਹਾਨੂੰ ਦਿੱਤਾ ਹੋਇਆ ਹੈ ਨਾ ਉਹ ਆਪਣਾ ਇੱਕ ਸਟਰਕਚਰ ਜਿਹਾ ਬਣਾ ਕੇ ਬੈਠਾ ਹੈ ਜਿੰਨੇ ਕੁ ਜੀਵ ਪੈਦਾ ਹੁੰਦੇ ਹਨ ਉਹਨੇ ਮਰ ਕੇ ਰਹੇ ਇਹ ਪ੍ਰਕਿਰਤੀ ਦਾ ਨਿਯਮ ਹੈ ਉਹ ਸਥਿਰ ਰੱਖਦੀ ਹੈ ਇੱਕ ਚੀਜ਼ ਨੂੰ ਤੁਸੀਂ ਆਪਣੇ ਜੇ ਸੇਵਾ ਕਰੋਗੇ ਆਪਣੇ ਕਰਮਾਂ ਨੂੰ ਚੰਗਾ ਕਰ ਲਓਗੇ ਨਾ ਕਰੋਗੇ ਤਾਂ ਫਿਰ ਮਹਾਰਾਜ ਕਹਿੰਦੇ ਦਾਦਾ ਦੋਸਤਾਂ ਦੇਵ ਕਿਸੇ ਦੋਸਤ ਕਰਨਾ ਆਪਣੇ ਆਪ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਤਾਂ ਦੀ ਜਾ ਵਰ ਦੇਣਾ ਕੋਟਾਨ ਕੋਟਾਨ ਸ਼ੁਕਰ ਹੈ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਮਹਾਰਾਜ ਸਾਹਿਬ ਜੀ ਦਾ ਸਾਡੇ ਐਸ ਕੇ ਆਰ ਚੈਨਲ ਵਾਲੇ ਜਿਹੜੇ ਆਪ ਜੀ ਨੂੰ ਸੰਗਤਾਂ ਨੂੰ ਜਿਹੜੀ ਸੰਗਤ ਇੱਥੇ ਨਹੀਂ ਪਹੁੰਚਦੀ ਉਹ ਆਪ ਜੀ ਨੂੰ ਘਰਾਂ ਤੱਕ ਵੀ ਇਸ ਕੀਰਤਨ ਦਾ ਗੁਰਬਾਣੀ ਦਾ ਲਾਹਾ ਦਿੰਦੇ ਹਨ ਆਓ ਇੱਕ ਵਾਰ ਫਿਰ ਧੰਨਵਾਦ ਕੀਰਤਨ ਕਰਦਿਆਂ ਤੋਂ ਇੱਕ ਨੇ ਅਨੇਕਾਂ ਹੀ ਗਲਤੀਆਂ ਹੁੰਦੀਆਂ ਹੋਣਗੀਆਂ ਆਪ ਸੰਗਤ ਦੀ ਗੁਰਬਖਸ਼ਣ ਤੋਂ ਮੈਂ ਬਖਸ਼ ਰਹਾਂ ਜੀ ਆਓ ਅਨੰਦ ਸਾਹਿਬ ਜੀ ਸ਼ੁਕਰ ਕਰਕੇ ਫਿਰ ਅਰਦਾਸ ਸੁਣ ਰਾਮ ਦੀ ਮਹਿੰਦਾ ਕੀ ਜਾ